ਤੇ ਲੋਕ ਸਭਾ ਚੋਣਾਂ ਲੈ ਕੇ ਸਰਗਰਮੀਆਂ ਕਾਫੀ ਤੇਜ਼ ਨਜ਼ਰ ਆ ਰਹੀਆਂ ਨੇ। ਸਾਰੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਲੋਕ ਸਭਾ ਚੋਣਾਂ ਦੇ ਕਰਕੇ ਨੱਠ ਦੌੜ ਕਰ ਰਿਹਾ, ਰੈਲੀਆਂ ਦਾ ਦੌਰ ਚੱਲ ਰਿਹਾ। ਪੰਜਾਬ ਦੀ ਗੱਲ ਕੀਤੀ ਜਾਵੇ ਭਾਵੇਂ ਕਾਂਗਰਸੀ, ਅਕਾਲੀ, ਆਪ ਵਾਲੇ ਹਰ ਕੋਈ ਆਪਣੇ ਵੱਲੋਂ ਤਿਆਰੀ ਕਰ ਰਿਹਾ, ਪਰ ਮਸਲਾ ਸਿਆਸਤ ਦਾ, ਮਸਲਾ ਲੋਕਾਂ ਦਾ, ਉਹਨਾਂ ਦੇ ਮੁੱਦਿਆਂ ਦਾ। ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੀ ਅੱਜ ਅਸੀਂ ਗੱਲ ਕਰਾਂਗੇ। ਮੋਗਾ ਤੋਂ ਗੁਰਦੇਵ ਭਾਮ ਮੇਰੇ ਨਾਲ ਮੌਜੂਦ ਨੇ। ਗੁਰਦੇਵ, ਕਿਵੇਂ ਦੀ ਸਿਆਸਤ ਚੱਲ ਰਹੀ ਹੈ ਅਤੇ ਕਿਹੜੇ ਮੁੱਦਿਆਂ 'ਤੇ ਲੋਕਾਂ ਵੱਲੋਂ ਵੋਟ ਪਾਉਣ ਦੀ ਗੱਲ ਕਹੀ ਜਾ ਰਹੀ ਹੈ? ਗੁਰਦੇਵ ਅਮਰ, ਮੈਂ ਤੁਹਾਨੂੰ ਦੱਸਦਾ ਮੋਗਾ ਦੀ ਗੱਲ ਕੀਤੀ ਹੋਈ ਸੀ, ਇਸੇ 'ਤੇ ਮੌਜੂਦ ਹਾਂ। ਮੋਗਾ ਦੇ ਬੱਸ ਸਟੋਪ ਦੇ ਵਿੱਚ ਫਰੀਊਟ ਹਲਕਾ ਪੈਂਦਾ, MP ਹਲਕਾ ਪੈਂਦਾ, ਤਿੰਨੇ ਉਮੀਦਵਾਰ ਉਤਾਰ ਦਿੱਤੇ ਗਏ। ਲੋਕਾਂ ਦੀ ਗੱਲ ਕੀਤੀ ਆ, ਲੋਕਾਂ ਨਾਲ ਕੁਛ ਗੱਲ ਕਰਦੇ ਹਾਂ, ਕਿਹੜੇ ਕਿਹੜੇ ਨੇ ਮੁੱਦੇ ਅਤੇ ਕੀ ਮਸਲੇ ਹੱਲ ਹੋਏ ਆ ਅਤੇ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਨੇ? ਕੀ ਨਾਮ? ਪ੍ਰਿਤਪਾਲ ਸਿੰਘ ਜੀ। ਦੇਖੋ ਜੀ, ਮੁੱਦਾ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਆਸਾਂ ਦੇ ਵਿੱਚ ਹੈਗੇ ਆ, ਲੋਕਾਂ ਦੇ ਮੁੱਦੇ ਆ, ਉਹ ਲੋਕਾਂ ਦੇ ਮੁੱਦੇ ਆਪਣੇ ਤੌਰ 'ਤੇ ਉਹ ਮੁੱਦੇ ਲੈ ਕੇ ਜਾਂਦੇ ਆ ਵੀ ਜਿਹੜਾ ਲੋਕਾਂ ਨੂੰ ਇਨਸਾਫ ਮਿਲੇ। ਸਰਕਾਰਾਂ ਜਿਹੜੀਆਂ ਵਾ, ਜੋ ਭਾਰਤ ਸਰਕਾਰ ਆ ਜਾਂ ਪ੍ਰਧਾਨ ਮੰਤਰੀ ਹੋਵੇ, ਲੋਕਾਂ ਲਈ ਚੰਗੇ ਕੰਮ ਕਰੇ। ਪਰ ਜਿਹੜੀ ਹੁਣ ਦੀ ਮੌਜੂਦਾ ਸਥਿਤੀ ਆ, ਜਾਂ ਇਸ ਤੋਂ ਪਹਿਲੇ ਤੱਕ, ਅੱਜ ਤੱਕ ਜਦੋਂ ਦਾ ਹਿੰਦੁਸਤਾਨ ਭਾਰਤ ਆਜ਼ਾਦ ਹੋਇਆ, ਉਦੋਂ ਤੱਕ ਹਾਲੇ ਤੱਕ ਪ੍ਰਧਾਨ ਮੰਤਰੀ ਮੇਰੇ ਹਿਸਾਬ ਨਾਲ ਕੋਈ ਚੱਜਦਾ ਨਹੀਂ ਆਇਆ ਹੈਗਾ। ਪ੍ਰਧਾਨ ਮੰਤਰੀ ਕਾਬਿਲ ਇਹੋ ਹੀ ਹੋਣਾ ਚਾਹੀਦਾ ਜਿਹੜਾ ਹਰ ਤਰ੍ਹਾਂ ਨੂੰ ਹਰ ਨਿਆਣੇ ਦੇਵੇ, ਹਰ ਬੰਦੇ ਨੂੰ ਰੁਜ਼ਗਾਰ ਦੇਵੇ, ਹਰ ਬੰਦੇ ਨੂੰ ਰੋਟੀ ਰੋਜ਼ੀ ਦਾ ਇੰਤਜ਼ਾਮ ਕੀਤਾ ਜਾਵੇ। ਪਰ ਹਾਲੇ ਤੱਕ ਇਹਨਾਂ ਨੂੰ ਜਿੰਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਆਏ ਆ ਜਾਂ MP ਹੋਏ ਆ ਜਾਂ MLA ਹੋਏ ਆ, ਇਹਨਾਂ ਨੇ ਆਪਣੇ ਧੀਆਂ ਪੁੱਤ ਟੱਬਰ ਸਾਰੇ ਕਬੀਲੇ ਪਾਲੇ ਆ, ਪਰ ਆਮ ਲੋਕਾਂ ਦੇ, ਆਮ ਜਨਤਾ ਦਾ ਇਹਨਾਂ ਨੇ ਕੁਛ ਨਹੀਂ ਸਵਾਰਿਆ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜੇ ਹੁਣ ਭਾਰਤ ਸਰਕਾਰ ਦੇ ਵਿੱਚ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਹੋਣਾ ਚਾਹੀਦਾ ਜੋ ਲੋਕਾਂ ਨੂੰ ਅਨਿਆਏ ਇਨਸਾਫ ਦੇਵੇ। ਹਿੰਦੂ, ਸਿੱਖ, ਮੁਸਲਮਾਨ ਦਾ ਏਜੰਡਾ ਨਹੀਂ ਹੋਣਾ ਚਾਹੀਦਾ। ਭਾਰਤ ਆਪਾਂ ਭਾਰਤ ਵਾਸੀ ਹਾਂ, ਪੂਰੇ ਭਾਰਤ ਦਾ, ਨਾ ਕਿ ਅਸੀਂ ਹਿੰਦੁਸਤਾਨ ਦਾ ਜਾਂ ਪੂਰਾ ਭਾਰਤ ਦਾ, ਭਾਰਤ ਦੇ ਵਾਸੀ ਹਾਂ, ਭਾਰਤ ਹੀ ਰਹਿਣਾ ਚਾਹੀਦਾ। ਆਪਣੇ ਮੁਫਾਦਰੇ ਨਹੀਂ, ਇਹਨਾਂ ਲੋਕਾਂ ਨੂੰ ਧਰਮ ਦੀ ਨਾਂ 'ਤੇ ਲੋਕਾਂ ਨੂੰ ਲੜਾਉਂਦੇ ਆ, ਇਹ ਉਹੀ ਲੀਡਰ ਆ ਜਿਹੜੇ ਧਰਮ ਦੀ ਨਾਂ 'ਤੇ ਲੋਕਾਂ ਨੂੰ ਲੜਾਉਂਦੇ ਆ। ਮੈਂ ਇਹੀ ਕਹਿਣਾ ਵੀ ਲੋਕਾਂ ਨੂੰ ਰੁਜ਼ਗਾਰ ਜ਼ਰੂਰ ਚਾਹੀਦਾ, ਲੋਕਾਂ ਦੀ ਪੜ੍ਹਾਈ ਜਿਹੜੀ ਉਹ ਫਰੀ ਹੋਣੀ ਚਾਹੀਦੀ ਆ ਪੂਰੇ ਭਾਰਤ ਦੇ ਵਿੱਚ। ਇਹ ਨਹੀਂ ਹੋਣਾ ਚਾਹੀਦਾ, ਪੜ੍ਹਾਈ ਫਰੀ ਹੋਣੀ ਚਾਹੀਦੀ, ਰੁਜ਼ਗਾਰ ਫਰੀ ਹੋਣਾ ਚਾਹੀਦਾ। ਲੋਕਾਂ ਦੀ ਰੱਖਿਆ ਭਾਰਤ ਸਰਕਾਰਾਂ ਦਾ ਹੀ ਕੰਮ ਹੁੰਦਾ, ਲੋਕਾਂ ਦੀ ਰੱਖਿਆ ਜਿਹੜੀ ਸਰਕਾਰਾਂ ਹੀ ਕਰਦੀਆਂ, ਦੂਜਾ ਬੰਦਾ ਨਹੀਂ ਕਰ ਸਕਦਾ। ਅੱਜ ਦੇਸ਼ ਦਾ ਯੁਵਾ ਵਿਦੇਸ਼ਾਂ ਵਿੱਚ ਜਾ ਰਿਹਾ, ਤੁਸੀਂ ਕੀ ਕਰਨ ਸਮਝਦੇ ਹੋ? ਇਹ ਨਲਾਇਕੀ ਆ ਭਾਰਤ ਸਰਕਾਰ ਦੀ। ਭਾਰਤ ਸਰਕਾਰ ਨੇ ਭਾਰਤ ਸਰਕਾਰ ਨੇ ਭਾਰਤ 'ਚ ਰੁਜ਼ਗਾਰ ਨਹੀਂ ਪੈਦਾ ਕੀਤਾ, ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾਇਆ। ਉਹ ਲੋਕ ਜਿਹੜੇ ਬੇਰੁਜ਼ਗਾਰ ਹੋਏ ਆ, ਮੈਂ ਆਪਣੇ ਪਰਿਵਾਰ ਤੋਂ ਦੱਸਦਾ, ਮੇਰੇ ਬੱਚੇ 2 ਵਾਰ ਗਏ ਆ, ਇਸੇ ਦੁੱਖ ਗਏ ਆ, ਹੋਰ ਕੋਈ ਗੱਲ ਨਹੀਂ ਹੈ। ਇੱਥੇ ਰੁਜ਼ਗਾਰ ਹੈ ਹੀ ਨਹੀਂ ਗਾ ਪੂਰੇ ਸਰਕਾਰ ਵਿੱਚ। ਫਿਰ ਆ ਜਿਹੜਾ ਨੋਟਬੰਦੀ ਹੋਈ, ਉਸ ਤੋਂ ਬਾਅਦ ਤਾਂ ਬਿਲਕੁਲ ਖਤਮ ਹੋ ਗਿਆ ਪੂਰਾ ਭਾਰਤ, ਇਹ ਬਿਲਕੁਲ ਰੌਲਾ ਪਾਈ ਜਾਂਦਾ ਸੀ ਆਹ ਕਰਤਾ ਜੀ ਉਹ ਕਰਤਾ। ਮੈਂ ਨਹੀਂ ਮੰਨਦਾ ਭਾਰਤ ਸਰਕਾਰ ਨੇ ਖਾਸ ਕਰਕੇ। ਗੁਰਦੇਵ, ਹੋਰ ਲੋਕ ਵੀ ਮੌਜੂਦ ਨੇ, ਗੁਰਦੇਵ ਹੋਰ ਲੋਕ ਵੀ ਮੌਜੂਦ ਨੇ, ਮੋਗਾ ਦੇ ਮੁੱਦੇ ਪੁੱਛਿਓ। ਕਿੱਥੋਂ ਆਏ? ਚੰਗਾਲੀ ਕਿਤੇ, ਫਿਰੋਜ਼ਪੁਰ ਤੋਂ ਜੀ। ਨਹੀਂ ਜੀ, ਬਹੁਤ ਜ਼ਿਆਦਾ ਨਾਕਾਮੀ ਪੰਜਾਬ ਸਰਕਾਰ ਦੀ ਜਾਂ ਹਿੰਦੁਸਤਾਨ ਸਰਕਾਰ ਦੀ ਸਮਝ ਲਓ ਵੀ, ਰੁਜ਼ਗਾਰ ਤੋਂ ਲੋਕ ਬਹੁਤ ਵਿਹਲੇ ਫਿਰਦੇ ਨੇ, ਲੋਕ ਨਸ਼ਿਆਂ ਵੱਲ ਜਾ ਰਹੇ ਨੇ। ਇਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੋਈ ਪੰਜਾਬ ਦੇ ਵਿੱਚ ਵਧੀਆ ਕੋਈ ਕਾਰਖਾਨਾ ਕੋਈ ਲਾਉਣ, ਤਾਂ ਕਿ ਰੁਜ਼ਗਾਰ ਬੱਚੇ ਵਿਹਲੇ ਨਾ ਫਿਰਨ। ਸਾਡੇ ਦੇਖਦੇ ਕਈ ਨਾਰਾ ਸੀਗਾ, ਜੈ ਜਵਾਨ ਜੈ ਕਿਸਾਨ, ਜਿਹੜਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਜਵਾਨ ਬਾਰਡਰ ਦੇ ਮਰ ਰਿਹਾ, ਕੀ ਕਾਰਨ ਸਾਨੂੰ? ਨਹੀਂ ਜੀ, ਅੱਜ ਦੀ ਕਿਸਾਨੀ ਬਹੁਤ ਰੁਲ ਚੁੱਕੀ ਹੈ, ਮਾੜੇ ਕਿਸਾਨ ਦਾ ਤਾਂ ਬਹੁਤ ਬੁਰਾ ਹਾਲ ਹੈ। ਪੰਜਾਬ ਸਰਕਾਰਾਂ ਵਾਅਦੇ ਬੜੇ ਬਹੁਤ ਕਰਦੀਆਂ ਪਰ ਵਾਅਦੇ ਪੂਰੇ ਨਹੀਂ ਕਰਦੀਆਂ, ਅਤੇ ਆਪਣੇ ਬਾਰਡਰ 'ਤੇ ਜੋ ਲੱਗੇ ਨੇ ਨੌਜਵਾਨ, ਉਹਨਾਂ ਵੱਲ ਖਾਸ ਧਿਆਨ ਸਰਕਾਰਾਂ ਨਹੀਂ ਦੇ ਰਹੀਆਂ। ਨਸ਼ਾ ਮੁਕਤ ਦਾ ਦਾਅਵਾ ਕੀਤਾ ਜੀ ਪੰਜਾਬ ਦਾ, 2 ਸਾਲਾਂ 'ਚ ਨਸ਼ਾ ਮੁਕਤ ਕੀਤਾ, ਕੀ ਨਸ਼ਾ ਮੁਕਤ? ਨਹੀਂ ਜੀ, ਬਹੁਤ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚ ਅੱਗੇ ਨਾਲੋਂ ਵੀ ਵਧਿਆ। ਹਾਂਜੀ, ਇੰਦਰ, ਮੈਂ ਇੱਥੋਂ ਹੀ ਹਾਂ। ਦੇਖੋ ਜੀ, ਸਾਰੀ ਉਮਰ ਨਾ ਕਿ ਕੋਈ ਨਾ ਕਿਸੇ ਨੇ ਕੀਤੀਆਂ ਨਾ ਕਰਨਾ। ਜਦੋਂ ਬੇਰੁਜ਼ਗਾਰੀ ਦਾ ਕਾਰਨ ਆ, ਬੇਰੁਜ਼ਗਾਰੀ ਦਾ ਕਾਰਨ ਕਰਕੇ ਨੌਜਵਾਨ ਰੁਜ਼ਗਾਰ ਦੀ ਖਾਤਰ ਜਾ ਰਿਹਾ। ਫਿਰ ਵੋਟਾਂ ਆ ਗਈਆਂ, ਹਰ ਵਾਰੀ ਆਉਂਦੇ ਆ, ਵਾਅਦੇ ਵੱਡੇ ਕਰਦੇ ਆ, ਇਸ ਵਾਰ ਕੀ ਸੋਚ ਕੇ ਆਪਾਂ ਵੋਟ ਦੇਵਾਂ, ਕੀ ਹੋਣਾ ਚਾਹੀਦਾ? ਇੱਕ ਸੋਚਿਆ, ਤੁਸੀਂ ਵੀ ਸਿਆਣੇ ਜੇ, ਇਹ ਜਦੋਂ ਅੱਜ ਕੱਲ੍ਹ ਲੋਕ ਅੱਗੇ ਹੁੰਦੀ ਸੀ ਵੋਟ, ਬੰਦਾ ਪਾਈ ਜਾਂਦੀ ਸੀ ਲੋਕਾਂ ਨੂੰ ਵੀ ਠੀਕ ਹੈ ਕੰਮ ਵਾਅਦੇ, ਹੁਣ ਤਾਂ ਦੁਨੀਆ ਵੀ ਜਿਹੜੀ ਹੈਗੀ ਆ, ਅਗਲਾ ਤਾਂ ਚੱਲ ਪੈਸੇ ਨਾਲ ਲੈ ਹੀ ਲੈਣੀ ਆ, ਮਜ਼ਬੂਰੀ ਬਣ ਚੁੱਕੀ ਆ।
ਉਹ ਨੁਕਤਾ ਦਬਾ ਲਓ ਆਪਦੀ ਮਰਜ਼ੀ ਆ, ਪਾਓ ਨਾ ਪਾਓ ਜੀ, ਇਹ ਤਾਂ ਨਹੀਂ ਪਾਓ। ਕੁਛ ਲੋਕ ਸਾਡੇ ਜੁੜੇ, ਕੁਛ ਲੋਕ ਹੋਰ ਸਾਡੇ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਇਸ ਬਾਰੇ ਕੀ ਕਹਿਣਾ? ਕੀ ਨਾਮ ਜੀ? ਗੁਰਜੀਤ ਸਿੰਘ। ਗੁਰਜੀਤ ਸਿੰਘ ਜੀ, ਮੈਂ ਫਿਰੋਜ਼ਪੁਰ ਏਰੀਏ ਦਾ ਜੀ ਰਹਿਣ ਵਾਲਾ। ਜਾਵੇ ਤਾਂ ਵੋਟਾਂ ਦੀ ਜਿਹੜੀ ਆ ਫਿਰ ਆ ਗਈ, ਹਰ ਸਾਲ ਵੋਟਾਂ ਆਉਂਦੀਆਂ, ਹਰ 5 ਸਾਲ ਬਾਅਦ ਆਉਂਦੀਆਂ, ਕਿਤੇ ਨਾ ਸਰਕਾਰਾਂ ਵਾਅਦੇ ਕਰਦੀਆਂ, ਕੀ ਵਾਅਦੇ ਪੂਰੇ ਹੁੰਦੇ? ਨਾ ਜੀ ਨਾ, ਬਿਲਕੁਲ ਕੋਈ ਵਾਅਦਾ ਨਹੀਂ ਪੂਰਾ ਹੁੰਦਾ, ਇਹ ਤਾਂ ਪਖੰਡ ਪੁਣਾ ਕਰਦੇ ਆਉਂਦੇ ਤੇ ਕਰਦੇ ਹੀ ਰਹਿਣਾ ਇਹਨਾਂ ਨੇ। ਤੇ ਮੈਂ ਤਾਂ ਇਹ ਚਾਹੁੰਦਾ ਕਿ ਲੋਕਾਂ ਨੂੰ ਆਪੋ ਆਪਣੇ ਬਿਜ਼ਨਸ ਕਰਨੇ ਚਾਹੀਦੇ, ਆਪੋ ਆਪਣੇ ਕੰਮ ਕਾਰ ਕਰਨੇ ਚਾਹੀਦੇ, ਇਹਨਾਂ ਸਰਕਾਰਾਂ ਮਗਰ ਲੱਗ ਕੇ ਆਪਣੀਆਂ ਜ਼ਿੰਦਗੀਆਂ ਨਾ ਬਰਬਾਦ ਕਰੋ ਜੀ। ਗੁਰਦੇਵ, ਪੰਜਾਬ ਦਾ ਯੁਵਾ ਵਿਦੇਸ਼ ਗੁਰਦੇਵ, ਤੁਹਾਡੇ ਤੋਂ ਸਵਾਲ ਹੈ। ਗੁਰਦੇਵ, ਤੁਹਾਡੇ ਤੋਂ ਸਵਾਲ ਹੈ, ਮੋਗੇ ਨੇ ਕਿੰਨੀ ਤਰੱਕੀ ਕੀਤੀ ਹੈ ਤੇ ਮੋਗੇ 'ਚ ਕੀ ਕੁਛ ਸਿਆਸਤੀ ਉਠਾ ਪਟਕ ਚੱਲ ਰਹੀ ਹੈ? ਗੁਰਦੇਵ ਜੀ, ਮੈਂ ਤੁਹਾਨੂੰ ਦੱਸ ਦਵਾਂ, ਮੋਗਾ ਦੀ ਗੱਲ ਕੀਤੀ ਜਾਵੇ, ਅਮਰ ਮੋਗਾ ਦੇ ਵਿੱਚ ਤਾਂ ਉਸੇ ਜਗ੍ਹਾ 'ਤੇ ਮੋਗਾ ਫਿਰ ਵੀ ਖੜਾ ਹੋਇਆ। ਮੋਗੇ ਦੇ ਵਿੱਚ ਇੱਕ ਦੌਲੇ ਵਾਲਾ ਪਿੰਡ ਆ ਜਿਹਨੂੰ ਨਸ਼ਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ, ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਪੰਜਾਬ ਵਿੱਚ ਨਸ਼ਾ ਖਤਮ ਹੋ ਜਾਊਗਾ, ਪਰ ਦੇਖਿਆ ਜਾਵੇ ਤਾਂ ਅੱਜ ਵੀ ਨਸ਼ਾ ਉਸੇ ਤਰ੍ਹਾਂ ਹੀ ਮਿਲ ਰਿਹਾ ਜੀ। ਪਰ ਮੁੱਦੇ ਕੀ ਕੁਛ ਖਾਸ ਰਹਿਣ ਵਾਲੇ ਨੇ ਮੋਗਾ ਦੇ? ਨਸ਼ੇ ਤੋਂ ਇਲਾਵਾ ਜਿਵੇਂ ਤੁਸੀਂ ਦੋਲੇ ਵਾਲੇ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਇੱਕ ਮੁਹਿੰਮ ਵੀ ਚਲਾਈ ਸੀ ਕਿ ਪਿੰਡ ਦੇ ਬਾਹਰ ਬੋਰਡ ਲਾ ਕੇ ਭਾਵੇਂ ਇੱਕ ਵੱਡੀ ਕਾਰਵਾਈ ਦੇ ਤੌਰ 'ਤੇ ਸਮਝਿਆ ਜਾਵੇ ਕਿ ਨਸ਼ਾ ਅਜੇ ਵੀ ਰੋਕ ਪਾਉਣਾ ਇੱਕ ਵੱਡਾ ਚੈਲੰਜ ਹੈ ਅਤੇ ਮੋਗੇ ਦਾ ਸਭ ਤੋਂ ਵੱਡਾ ਮਸਲਾ ਵਿਕਾਸ ਰਹਿਣ ਵਾਲਾ, ਦੂਜੇ ਨੰਬਰ 'ਤੇ ਨਸ਼ਾ? ਅਮਰ, ਮੈਂ ਤੁਹਾਨੂੰ ਦੱਸਦਾ, ਮੋਗਾ ਦੀ ਗੱਲ ਕੀਤੀ ਹੈ, ਮੋਗੇ ਆ ਜਿਹੜਾ ਨਸ਼ਿਆਂ ਦਾ ਗੜ੍ਹ ਮੰਨਿਆ ਜਾਂਦਾ, ਮੋਗੇ ਦਾ ਪਿੰਡ ਦੌਲੇ ਵਾਲਾ, ਅੱਜ ਵੀ ਸਰਕਾਰਾਂ ਨਾਕਾਮ ਰਹਿ ਚੁੱਕੇ, ਨਸ਼ਾ ਉਸੇ ਤਰ੍ਹਾਂ ਹੀ ਆਮ ਲੋਕਾਂ ਦਾ ਕਹਿਣਾ ਕਿ ਉਸ ਤਰ੍ਹਾਂ ਮਿਲਦਾ ਪਿਆ, ਮਹਿੰਗਾ ਜ਼ਰੂਰ ਹੋ ਗਿਆ ਪਰ ਨਸ਼ਾ ਉਸ ਤਰ੍ਹਾਂ ਮਿਲਿਆ। ਦੇਖਿਆ ਜਾਵੇ ਮੋਗੇ ਦੀ ਤਰੱਕੀ ਗੱਲ ਕੀਤੀ ਹੈ, ਵਾਅਦੇ ਕੀਤੇ ਜਾਂਦੇ ਕਿ ਮੋਗੇ ਨੂੰ ਨਗਰ ਨਿਗਮ ਬਣਾਇਆ ਗਿਆ ਸੀਗਾ, ਪਰ ਨਗਰ ਨਿਗਮ ਵਾਲੀ ਕੋਈ ਵੀ ਸਹੂਲਤ ਨਹੀਂ ਮੋਗੇ ਵਿੱਚ ਦੇਖਣ ਨੂੰ ਮਿਲਦੀ। ਦੇਖਿਆ ਜਾਵੇ ਤਾਂ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ, ਪਰ ਕਿਤੇ ਨਾ ਕਿਤੇ ਲੋਕਾਂ ਦੀ ਸੋਚ ਬਣੀ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੋਗਾ ਦੇ ਵਿੱਚ ਆ ਵੀ ਵੋਟ ਉਸ ਸ਼ਖਸ ਨੂੰ ਪਾਉਣਗੇ ਜਿਹੜਾ ਮੋਗੇ ਦੇ ਵਿੱਚ ਜਿਵੇਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਜਾਂ ਕਿ ਸਕੂਲ ਕਾਲਜ ਖੋਲ੍ਹੇ ਜਾਂ, ਅੱਛੇ ਬੱਚੇ ਪੜ੍ਹਾਈ। ਅੱਜ ਪੰਜਾਬ ਦਾ ਯੁਵਾ ਵਿਦੇਸ਼ਾਂ ਵਿੱਚ ਜਾ ਰਿਹਾ, ਇਹੀ ਕਾਰਨ ਹੈ ਕਿ ਰੁਜ਼ਗਾਰ ਨਹੀਂ ਮਿਲਿਆ ਜੀ। ਸੀਟਾਂ ਨੂੰ ਲੈ ਕੇ ਕੀ ਸਮੀਕਰਨ ਨਜ਼ਰ ਆ ਰਹੇ ਨੇ ਅਤੇ ਕਿਵੇਂ ਦੌੜ ਭੱਜ ਨਜ਼ਰ ਆ ਰਹੀ ਹੈ ਸਾਰੀਆਂ ਪਾਰਟੀਆਂ ਦੀ, ਇਹ ਗੱਲ ਕਰੀਏ? ਜੇ ਮੈਂ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ, ਕਾਂਗਰਸ ਵੱਲੋਂ ਵੀ, ਆਪਣਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣਾ ਮਤਲਬ ਗੁਲਜ਼ਾਰ ਸਿੰਘ ਰਣੀਕੇ ਨੂੰ ਉਤਾਰ ਦਿੱਤਾ ਗਿਆ। ਉਸ ਦੂਸਰੇ ਆਪਣਾ ਸਮਾਜ ਪਾਰਟੀ ਦੇ ਜਿਹੜੇ ਮਾਸਟਰ ਬਲਦੇਵ ਸਿੰਘ ਜੀ ਆ, ਉਹ ਖਹਿਰਾ ਗਰੁੱਪ ਦੇ ਆ। ਕਿਤੇ ਨਾ ਕਿਤੇ 5-6 ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਤਰੀਆਂ ਹੋਈਆਂ, ਪਰ ਮੇਨ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਹੀ ਦਿਖਾਈ ਦੇ ਰਿਹਾ ਜੀ। ਧੰਨਵਾਦ ਜੀ ਤੁਹਾਡਾ।